ਐਸ਼ਵਰਿਆ ਗਾਂਧੀ ਲੋਕ ਨੂੰ ਐਸ਼ਵਰਿਆ ਕਿ ਅਸੀਂ ਕੀ ਕਰ ਸਕਦੇ ਹਾਂ ਉਹਦੇ ਵਾਸਤੇ ਹੈ ਕਿ ਜਿਹੜਾ ਉਹਨਾਂ ਨੂੰ ਬ੍ਰੇਕਅਪ ਹੋ ਰਿਹਾ ਪਾਣੀ ਦਾ ਪੱਧਰ ਵੀ ਘੱਟ ਰਿਹਾ ਇਹਨੂੰ ਪਹਿਲਾਂ ਇਹਦਾ ਮਿੱਟੀ ਜਿਹੜੀ ਖੁੱਲ ਰਹੀ ਹੈ ਅਤੇ ਬੋਰੇ ਲਾ ਕੇ ਕ੍ਰੇਟ ਲਾ ਕੇ ਇਹਨੂੰ ਰੋਕਿਆ ਵਾ ਦੂਸਰਾ ਫਿਰ ਇਹ ਪਾਣੀ ਜਿਹੜਾ ਹੈਗਾ ਵੰਨ ਨੂੰ ਬਣਦਾ ਅਤੇ ਪ੍ਰਾਇਓਰਟੀ ਹੈ ਇਹ ਜਿੰਨੇ ਥਾਵਾਂ ਤੋਂ ਵੀ ਉੱਥੇ ਸਾਰੀ ਜਿਹੜੀ ਹੈਗੀ ਹੈ ਸਾਰੀ ਕਾਰਜ ਹੋਣੀ ਬਾਬੇ ਮੇਰਾ ਅਖੀਰ ਦਾ ਸਾਲ ਦੋ ਚਾਰ ਚਾਰ ਫੁੱਟ ਵੰਨ ਉੱਚੇ ਸੀਗੇ ਚੌੜਾ ਕਰਵਾਇਆ ਤਾਂ ਕਿ ਉਹਨੂੰ ਸਪੋਰਟ ਮਿਲੇ ਫਿਰ ਉਹਦੇ ਉੱਤੇ ਕੁਛ ਥਾਂ ਤੇ ਸੜਕ ਵੀ ਬਣੀ ਸੀ ਉਹਦੇ ਉੱਤੇ ਘੱਟੋ ਘੱਟ ਫੁੱਟ ਜਿਹੜਾ ਹੈਗਾ ਉਹ ਵੱਧ ਇੱਕ ਪਹਿਲਾਂ ਸੜਕ ਬਣੀ ਸੀ ਫਿਰ ਬਿਲਕੁਲ ਨਹੀਂ ਹੋਣਾ ਚਾਹੁੰਦਾ ਉਹਦੇ ਤੇ ਜਿਹੜਾ ਹੈਗਾ ਬਾਬਾ ਜੀ ਨੇ ਹਦਾਇਤਾਂ ਕੀਤੀਆਂ ਮੈਂ ਵੀ ਹਦਾਇਤਾਂ ਕੀਤੀਆਂ ਠੀਕ ਹੈ ਉਹ ਲੱਗੇ ਹੈਗੇ ਆ ਲੇਕਿਨ ਜਿੱਥੇ ਜਿੱਥੇ ਕੰਮ ਪਿੱਛੇ ਰਹੇ ਹਦਾਇਤਾਂ ਜਦੋਂ ਇਹ ਬੋਲਦੀਆਂ ਨੇ ਕਿ ਮੁੰਡਾ ਰੁੜ ਗਿਆ ਨੈਸ਼ਨਲ ਟੀਮਾਂ ਉਹ ਲਾਈਆਂ ਹੈਗੀਆਂ ਉਹ ਕਰ ਰਹੇ ਹੈਗੇ ਸਥਿਤੀ ਕੰਟਰੋਲ 'ਚ ਬਾਕੀ ਹੁਣ ਇਸ ਵੇਲੇ ਕੰਟਰੋਲ 'ਚ ਸਥਿਤੀ ਸਾਡੇ ਸਾਹਮਣੇ ਹੈ ਬਿਲਕੁਲ ਬੜੀ ਗੁਰੂ ਮਹਾਰਾਜ ਦੀ ਕਿਰਪਾ ਬਾਬਾ ਜੀ ਅਤੇ ਸੰਤ ਸੀਚੇਵਾਲ ਜੀ ਦੇ ਔਰ ਜਿਹੜਾ ਰਾਤ ਮੈਂ ਦੇਖਿਆ ਕਿ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਇਹਨਾਂ ਕੋਲ ਸਿਰਫ ਅਤੇ ਸਿਰਫ ਪੰਜ ਸੱਤ ਸੇਵਾਦਾਰ ਸੀਗੇ ਜਿਹੜੇ ਨਾਲ ਲੈ ਕੇ ਔਰ ਇੱਕ ਇਤਿਹਾਸਕ ਗੱਲ ਹੋਊਗੀ ਕਿ ਪਾਣੀ ਦਰਿਆ ਦੇ ਵਿੱਚ ਪਹੁੰਚਦਾ ਹੋਵੇ ਬਿਲਕੁਲ ਤੇ ਸੰਤ ਸੀਚੇਵਾਲ ਜੀ ਸੜਕ ਦੇ ਉੱਤੇ ਖੜੇ ਮਿੱਟੀ ਪਾ ਰਹੇ ਦੇਖੀਆਂ ਲਾਸਟ ਜਦੋਂ ਬ੍ਰੇਕਅਪ ਹੋਇਆ ਅਸੀਂ ਇਕੱਠੇ ਸੀ ਮੈਂ ਪਿਛਲੇ ਵੇਈਂਗ ਦੇ ਉੱਤੇ ਪੁੱਲਦੇ ਸੀਗਾ ਲੇਕਿਨ ਫਿਰ ਬਾਬਾ ਜੀ ਨੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਬਾ ਜੀ ਹੁਣ ਆਪਣੇ ਵਾਸਤੇ ਗੱਲ ਨਹੀਂ ਹੁਣ ਆਪਾਂ ਚੱਲੀਏ ਠੀਕ ਹੈ ਫਿਰ ਅਸੀਂ ਮੇਰਾ ਅਖੀਰਲਾ ਸਵਾਲ ਹੈ ਮੰਤਰੀ ਇਮਾਨਦਾਰ ਅਤੇ ਵਧੀਆ ਇਨਸਾਨ ਹੈ ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਅਸੀਂ ਸਾਰਾ ਸਰਵੇ ਕਰਾਵਾਂਗੇ ਉਹਨਾਂ ਨੇ ਸੀਐਮ ਸਾਹਿਬ ਦੇ ਹੁਕਮ ਦੇ ਦਿੱਤੇ ਹੈਗੇ ਉਹਦੇ 'ਚ ਉਹ ਆਪ ਸਾਰਾ ਵਿਜੀਲੈਂਟ ਦੇਖ ਰਹੇ ਹੈਗੇ ਆ ਪੂਰੇ ਪੰਜਾਬ ਨੂੰ ਆਪ ਦੇਖ ਰਹੇ ਉਹ ਸਾਰਾ ਕਰਨਗੇ ਠੀਕ ਹੈ।